ਲਓ ਜੀ, ਆ ਜਿਹੜਾ ਤੁਸੀਂ ਇਲਾਕਾ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਸ਼ਹਿਰ ਦੇ ਅੰਦਰਲਾ ਇਲਾਕਾ ਹੈ। ਇਹਦਾ ਨਾਂ ਹੈਗਾ ਖਾਰਾ ਖੂਹ। ਇਹ ਡੱਬੀ ਬਾਜ਼ਾਰ ਜਿਹੜਾ ਹੈ, ਸਰਾਫਾਂ ਬਾਜ਼ਾਰ ਆ, ਉਹਦੇ ਵਿੱਚ ਇੱਕ ਬੜੇ ਘਣੇ ਇਲਾਕੇ ਦਾ ਇਹ ਬਾਜ਼ਾਰ ਹੈਗਾ ਅਤੇ ਤੇਲੀਆਂ ਵਾਲੀ ਇਹਨੂੰ ਗਲੀ ਕਹਿੰਦੇ ਆ। ਪੁਰਾਣਾ ਇਲਾਕਾ ਹੈਗਾ, ਕਾਫੀ ਜ਼ਿਆਦਾ ਆਬਾਦੀ ਵੀ ਹੈ ਅਤੇ ਇਸ ਇਲਾਕੇ ਦੇ ਵਿੱਚ ਅਮੂਮਨ ਮਨਿਆਰੀ ਦੀਆਂ ਦੁਕਾਨਾਂ ਹੈ, ਪਲਾਸਟਿਕ ਦਾ ਸਮਾਨ ਹੈਗਾ। ਅਤੇ ਜਨਾਬ ਜੈਨ ਸਾਹਿਬ ਹੈਗੇ ਜੀ, ਪ੍ਰਵੀਨ ਕੁਮਾਰ ਜੀ ਜੈਨ, ਕਾਫੀ ਅਰਸੇ ਤੋਂ ਇਹ ਪਟਾਕੇ ਇਸ ਇਲਾਕੇ ਦੇ ਵਿੱਚ ਵੇਚ ਰਹੇ ਨੇ ਅਤੇ ਅੱਜ ਪੁਲਿਸ ਨੇ ਇਹਨਾਂ ਦੇ ਗੋਦਾਮ ਦੇ ਵਿੱਚ ਛਾਪਾ ਮਾਰਿਆ ਅਤੇ ਲੱਖਾਂ ਰੁਪਏ ਦਾ ਪਟਾਕਾ ਇੱਥੋਂ ਬਰਾਮਦ ਹੋਇਆ। ਬਾਈ ਚਾਂਸ ਅਗਰ ਇਸ ਇਲਾਕੇ ਦੇ ਵਿੱਚ ਅੱਗ ਲੱਗ ਜਾਵੇ ਤਾਂ ਇੱਥੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚਣੀ। ਔਰ ਜਿੱਥੇ ਇਹਨਾਂ ਨੇ ਇੰਨਾ ਮਾਰ ਰੱਖਿਆ, ਕੋਈ ਵੀ ਸੇਫਟੀ ਦੇ ਵਾਸਤੇ, ਅੱਗ ਨੂੰ ਬੁਝਾਉਣ ਵਾਸਤੇ ਕੋਈ ਜਿਹੜਾ ਹੈ ਇੱਦਾਂ ਦਾ ਕੋਈ ਸਮਾਨ ਨਹੀਂ ਇਹਨਾਂ ਨੇ ਰੱਖਿਆ ਹੈਗਾ। ਅਤੇ ਹੁਣ ਪੁਲਿਸ ਨੇ ਅੱਜ ਛਾਪਾ ਮਾਰਿਆ ਅਤੇ ਲੱਖਾਂ ਰੁਪਈਏ ਦਾ ਪਟਾਕਾ ਇੱਥੋਂ ਜ਼ਬਤ ਕੀਤਾ। ਅਤੇ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵਿਰੁੱਧ ਜਿਹੜਾ ਕਾਨੂੰਨੀ, ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਤੇ ਲਾਲਾ ਜੀ ਸੁਣੋ ਕੀ ਕਹਿੰਦੇ ਨੇ ਇਹਦੇ ਸੰਬੰਧ ਦੇ ਵਿੱਚ, ਆਓ ਫਿਰ ਸੁਣਦੇ ਹਾਂ ਲਾਲਾ ਜੀ ਕੀ ਕਹਿੰਦੇ ਆ। ਕਹਿ ਤਾਂ ਪੂਰਾ ਜੀ ਨਹੀਂ, ਤੁਸੀਂ, ਤੁਹਾਨੂੰ ਨਹੀਂ ਪਤਾ ਵੀ ਇੰਨੇ ਤੰਗ ਗਲੀਆਂ 'ਚ ਇੰਨਾ ਵੱਡਾ ਮਾਰ ਰੱਖਣਾ, ਇੱਕ ਜੁਰਮ ਖਤਰ ਤੋਂ ਖਾਲੀ ਨਹੀਂ ਹੈ। ਤੁਹਾਨੂੰ ਲੱਗਦਾ ਤੁਸੀਂ ਗਲਤੀ ਕੀਤੀ ਇਹ ਚੀਜ਼ ਜੀ, ਕਿਉਂਕਿ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਦੇਖੋ ਜੀ, ਜਦੋਂ ਚੋਜ ਲੱਗਦੇ ਆ ਪਟਾਕੇ ਚੱਕ ਕੇ ਉੱਥੇ ਲਿਆ ਕੇ ਵੇਚੀ ਦੀ ਆ, ਲਾਇਸੈਂਸ ਬਣਾਈ ਦਾ, 8 ਮਹੀਨੇ ਦਾ ਲਾਇਸੈਂਸ ਮਿਲਦਾ ਸਾਨੂੰ ਹਰ ਸਾਲ ਲਈਦਾ ਜੀ। ਬਟ ਇੱਥੇ ਸਟੋਰ ਕਰਨੇ ਤੰਗ ਗਲੀਆਂ ਦੇ ਵਿੱਚ, ਮੁਹੱਲੇ ਦੇ ਵਿੱਚ, ਤੁਹਾਨੂੰ ਲੱਗਦਾ ਵੀ ਸਟੋਰ ਬਹੁਤ ਜੀ ਮੇਰੇ ਵੱਲੋਂ ਠੀਕ ਹੈ? ਪਹਿਲਾਂ ਨੈਣੇ ਪੈਂਦੇ ਆ, ਉਸ ਵੇਲੇ ਮਿਲਦਾ ਨਹੀਂ ਮਾਲ ਕੋਈ ਵੀ, ਕਿਤੇ ਨਹੀਂ, ਬਾਹਰ ਵੀ ਖਤਰਾ ਨਹੀਂ ਹੈਗਾ ਹਾਂਜੀ, ਸਾਰੇ ਮੁਹੱਲੇ ਨੂੰ ਤਾਂ ਖਤਰਾ ਹੈਗਾ ਨਾ, ਕੱਲ ਨੂੰ ਕੋਈ ਚੰਗਾੜੀ ਪੈ ਗਈ, ਅਸੀਂ ਆਪਣੀ ਪੂਰੀ ਸੇਫਟੀ ਨਾਲ ਆਪ ਹੀ ਰੱਖੀ ਦਾ, ਕੰਮ ਇਹ ਨਹੀਂ ਹੈਗਾ ਕੀ ਸੇਫਟੀ ਹੈਗੀ ਤੁਹਾਡੇ ਕੋਲ, ਕੀ ਸੇਫਟੀ ਸੀਗੀ? ਨਾ ਇਹ ਤਾਂ ਫਾਇਰ, ਨਾ ਤਾਂ ਲੋਕਾਂ ਦੇ ਸੇਫਟੀ ਆਪਣੀ ਸਾਡੀ, ਸਭ ਤੋਂ ਵੱਡਾ ਗੱਲ ਹੈ ਤਾਂ ਫਾਇਰ ਸੇਫਟੀ ਕੋਈ ਹੈ ਨਹੀਂ, ਤੁਸੀਂ ਕਹਿੰਦੇ ਸੇਫਟੀ ਰੱਖੀ ਹੈ, ਫਾਇਰ ਸੇਫਟੀ ਹੈ ਇੱਥੇ ਬੰਦ ਕਰਕੇ ਦੱਸਣਾ ਨਾ ਜੀ, ਅੰਦਰ ਕੋਈ ਸੇਫਟੀ ਦਾ ਹੈ, ਕੋਈ ਇੰਸਟਰੂਮੈਂਟ ਹੈਗਾ, ਕੋਈ ਸੇਫਟੀ ਹੈਗੀ, ਕੋਈ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਸਕਦੀ ਹੈ? ਕੀ ਨਾਮ ਆਪਣਾ ਜੀ? ਪ੍ਰਵੀਨ ਕੁਮਾਰ। ਓਕੇ ਜੀ, ਅੱਜ ਮਾਨਯੋਗ ਉਪ ਮੰਡਲ ਮਜਿਸਟਰ ਹੁਸ਼ਿਆਰਪੁਰ ਜੀ ਦੇ ਹੁਕਮ ਅਤੇ ਮੈਂ ਅਤੇ ਐਸ ਐਚ ਓ ਸਿਟੀ ਗੋਵਿੰਦਰ ਜੀ, ਇਨਫੋਰਮੇਸ਼ਨ ਮਿਲੀ ਸੀ ਸਰਾਫਾ ਬਾਜ਼ਾਰ ਦੇ ਵਿੱਚ ਇਲੀਗਲ ਪਟਾਕਿਆਂ ਦੀ, ਆਣ ਕੇ ਰੇਡ ਕੀਤਾ, ਚੈਕਿੰਗ ਕੀਤੀ ਹੈ, ਅੱਜ ਸਮਾਨ ਬਾਹਰ ਕੱਢ ਰਹੇ ਹਾਂ, ਦੱਸ ਨਹੀਂ ਸਕਦੇ ਕਿੰਨਾ ਕੁ ਪਟਾਕਾ, ਇਹਨਾਂ ਨੂੰ ਲਾਇਸੈਂਸ ਬਾਰੇ ਪੁੱਛਿਆ ਗਿਆ, ਕਿਸੇ ਦੇ ਕੋਲ ਕੋਈ ਲਾਇਸੈਂਸ ਨਹੀਂ ਹੈ, ਸਭ ਕੁਛ ਇਲੀਗਲ ਹੈ, ਜਿਹੜੀ ਕਾਨੂੰਨ ਹੈ ਸਖ਼ਤ ਤੋਂ ਸਖ਼ਤ ਕਾਨੂੰਨੀ ਜਿਹੜੀ ਅਪਲਾਈ ਕੀਤਾ ਨਾ ਦੇ ਨਾਲ, ਤੁਹਾਨੂੰ ਸ਼ੇਅਰ ਕੀਤੀ ਗਈ ਹੈ ਇਨਫੋਰਮੇਸ਼ਨ ਸੀਗੀ ਵੀ ਭੀੜੀਆਂ ਗਲੀਆਂ ਦੇ ਵਿੱਚ ਵੀ ਪਟਾਕੇ ਸਟੋਰ ਕੀਤੇ ਗਏ ਹੈ, ਇਸ ਸੂਚਨਾ ਨੂੰ ਅਸੀਂ ਮੇਰੇ ਕੋਲ ਆਉਣ ਦੇ ਉੱਤੇ ਫਿਰ ਆਪਾਂ ਕਾਰਵਾਈ ਕੀਤੀ ਹੈ, ਅਤੇ ਜਦੋਂ ਦੇਖ ਕੇ ਅਸੀਂ ਹੈਰਾਨ ਰਹਿ ਗਏ ਵੀ ਇਸ ਘਰ ਦੇ ਅੰਦਰ ਆਬਾਦੀ ਵਾਲੇ ਮਕਾਨ ਦੇ ਵਿੱਚ ਜਿਹਨੇ ਕਾਫੀ ਸਟੋਰ ਕੀਤਾ ਹੋਇਆ ਜਿਹਨਾਂ ਦਾ ਅਪਰੋਕਸੀਮੇਟਲੀ ਕਿੰਨਾ ਕੁ ਮਾਲ ਹੋਗਾ ਸਾਡੇ ਕੋਲ? ਲੱਖਾਂ ਦਾ ਮਾਲ। ਹੁਣ ਇਹਨਾਂ ਦੇ ਕਾਨੂੰਨੀ ਕਾਰਵਾਈ ਕੀ ਕੀਤੀ ਜਾਏ? ਇਹਦੇ 'ਤੇ ਹਜੇ ਹੁਣ ਸਾਰਾ ਕੁਛ ਪਹਿਲਾਂ ਸੀ ਜਿਹੜਾ ਇੱਥੋਂ ਬਾਹਰ ਕੱਢ ਕੇ ਇਹਨੂੰ ਪਿਕਅਪ ਕਰਕੇ ਥਾਣੇ ਲਿਆ ਕੇ ਫਿਰ ਉੱਥੋਂ ਅੱਗੇ ਜੋ ਬੰਦੀ ਕਰ ਰਹੇ ਜੋ। ਇਹ ਮੁਹਿੰਮ ਕਦ ਤੱਕ ਚੱਲੂ ਰਹੇ? ਇਹ ਮੁਹਿੰਮ ਜਦ ਤੱਕ ਆ ਸਾਡੇ ਕੋਲ ਇੱਥੇ ਦੇ ਸ਼ਹਿਰਦਾਰ ਜਿਹੜੇ ਸਾਨੂੰ ਸੂਚਨਾਵਾਂ ਦਿੰਦੇ ਰਹਿਣਗੇ ਉਹਨਾਂ ਦੇ ਚੱਲਦੀ ਰਹੇ, ਕੰਟੀਨਿਊ ਚੱਲਦੀ।